ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਸਿੱਖੀ ਸਿਧਾਂਤ ਦੀ ਸ਼ੁਰੂਆਤ ਕੀਤੀ, ਔਰ ਉਹਨਾਂ ਨੂੰ ਵਿਸ਼ਨੂੰ ਭਗਵਾਨ ਦਾ ਅਵਤਾਰ ਦੱਸਿਆ ਜਾ ਰਿਹਾ, ਇਸ ਦੇ ਵਿੱਚ ਕਿੰਨੀ ਕੁ ਸੱਚਾਈ? ਜੇ ਵਿਸ਼ਨੂੰ ਦੇ ਅਵਤਾਰ ਹੁੰਦੇ ਗੁਰੂ ਨਾਨਕ ਪਾਤਸ਼ਾਹ, ਉਹ ਜਨੇਊ ਨੂੰ ਜਿਹੜਾ ਸੀਗਾ ਉਹ ਮਨਾ ਨਾ ਕਰਦੇ। ਸ਼੍ਰੀ ਹਰਿਮੰਦਰ ਸਾਹਿਬ ਜਿਸ ਸਥਾਨ ਹੈਗਾ ਆ ਉੱਥੇ ਵਿਸ਼ਨੂੰ ਭਗਵਾਨ ਦਾ ਮੰਦਿਰ ਹੁੰਦਾ ਸੀ, ਲੀਡਰਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੇ ਪੈਰਾਂ 'ਚ ਜਾ ਕੇ ਪਏ ਹੁੰਦੇ ਨੇ ਪਹਿਲਾਂ ਹੀ, ਇਹਨਾਂ ਨੇ ਆਪਣੀਆਂ ਪੱਗਾਂ ਤੱਕ ਪੈਰਾਂ ਰੱਖੀਆਂ ਹੋਈਆਂ ਉਹਨਾਂ ਦੇ, ਇਸ ਕਰਕੇ ਉਹਨਾਂ ਨੂੰ ਖੁਸ਼ ਕਰਨ ਲਈ ਚਾਪਲੂਸੀ ਕਰਨ ਵਾਸਤੇ ਇਹਦਾ ਕਰਤੂਤਾਂ ਕਰਦੇ ਨੇ। ਸਾਬਤ ਸੂਰਤ ਸਿੱਖ ਨੇ ਸਿਰ 'ਤੇ ਦਸਤਾਰ ਸਜਾਉਂਦੇ ਨੇ, ਹਾਲਾਂਕਿ ਉਹਨਾਂ ਨੂੰ ਇਹ ਵੀ ਚੀਜ਼ ਪਤਾ ਹੈ ਕਿ ਸਿੱਖ ਧਰਮ ਦੇ ਵਿੱਚ ਮੂਰਤ ਪੂਜਾ ਨੂੰ ਕਿਤੇ ਨਾ ਕਿਤੇ ਮਨਾ ਕੀਤਾ ਜਾਂਦਾ ਹੈ। ਪਾਉਣ ਦੀ ਕੋਸ਼ਿਸ਼ ਕਰਦੇ ਨੇ ਸਿੱਖ ਹਨ, ਦਸਤਾਰਾਂ 'ਚ ਸਿਰ ਪਸਾਏ ਹੋਏ ਨੇ, ਪੱਗਾਂ ਦੇ ਵੀ ਸਿਰ ਪਸਾਏ ਹੋਏ ਨੇ, ਜ਼ਰੂਰੀ ਨਹੀਂ ਹੁੰਦਾ ਕਿ ਹਰ ਦਸਤਾਰਧਾਰੀ ਜਿਹੜਾ ਵਾ ਉਹ ਸਿੱਖ ਹੋਵੇ। ਲਾਲਪੁਰਾ ਦੇ ਬਿਆਨ ਦੇ ਉੱਤੇ ਐਸ ਜੀ ਪੀ ਸੀ ਦੇ ਪ੍ਰਧਾਨ ਸਾਹਿਬ ਜਾਂ ਸਾਡੇ ਜਿੰਨੇ ਵੀ ਆਗੂ ਨੇ ਉਹ ਬੋਲੇ ਨੇ, ਕਾਸ਼ ਇਹ ਉਦੋਂ ਵੀ ਬੋਲਣ ਜਦੋਂ ਇੱਦਾਂ ਦੀਆਂ ਗੱਲਾਂ ਹੁੰਦੀਆਂ ਨੇ, ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਔਨ ਏਅਰ, ਮੈਂ ਸਿਮਰਦੀਪ ਸਿੰਘ। ਬੀਤੇ ਦਿਨੀ ਘੱਟ ਗਿਣਤੀ ਦੇ ਕੌਮੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਨੂੰ ਲੈ ਕੇ ਜ਼ਰੂਰ ਹੁਣ ਵਿਵਾਦ ਛਿੜਦਾ ਹੋਇਆ ਨਜ਼ਰ ਆ ਰਿਹਾ। ਉਹ ਬਿਆਨ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਜੋ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹ ਵਿਸ਼ਨੂੰ ਭਗਵਾਨ ਦੇ ਅਵਤਾਰ ਨੇ, ਸੋ ਇਸ ਦੇ ਉੱਪਰ ਅਲੱਗ ਅਲੱਗ ਸਿੱਖ ਆਗੂਆਂ ਦੇ ਜਿਹੜੇ ਵਿਚਾਰ ਨੇ ਉਹ ਵੀ ਅੱਗੇ ਆ ਰਹੇ ਹੈਗੇ ਨੇ, ਸੋ ਆਪਾਂ ਇੱਥੇ ਗੱਲਬਾਤ ਕਰਾਂਗੇ। ਮੇਰੇ ਨਾਲ ਸਿੱਖ ਆਗੂ ਭਾਈ ਪਰਮਜੀਤ ਸਿੰਘ ਅਕਾਲੀ ਮੌਜੂਦ ਹੈਗੇ ਨੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਗੱਲ ਕਰਾਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਸਿੱਖੀ ਸਿਧਾਂਤ ਦੀ ਸ਼ੁਰੂਆਤ ਕੀਤੀ, ਪਰ ਉਹਨਾਂ ਨੂੰ ਵਿਸ਼ਨੂੰ ਭਗਵਾਨ ਦਾ ਅਵਤਾਰ ਦੱਸਿਆ ਜਾ ਰਿਹਾ, ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਪਹਿਲਾਂ ਤਾਂ ਮੈਂ ਜਿਹੜੇ ਇਹ ਲੋਕ ਨੇ ਜਿਹੜੇ ਜਦੋਂ ਪਾਵਰ ਮਿਲ ਜਾਂਦੀ ਹੈ ਕੁਰਸੀ 'ਤੇ ਬੈਠੇ ਹੁੰਦੇ ਨੇ ਅਤੇ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਜੋ ਇਹਨਾਂ ਦਾ ਜੀ ਕਰਦਾ ਇਹ ਬੋਲੀ ਜਾਂਦੇ ਨੇ, ਪੱਗਾਂ 'ਚ ਵਾਲੇ ਨੇ, ਸਿਰ ਪਸਾਏ ਨੇ, ਆਪਣੇ ਆਪ ਨੂੰ ਕਹਿੰਦੇ ਉਹ ਸਿੱਖ ਨੇ, ਦੇਖ ਉਹਨਾਂ ਦੀ ਸਿੱਖ ਵਾਲੀ ਆ, ਪਰ ਉਹ ਗੁਰੂ ਸਾਹਿਬ ਦੇ ਹੁਕਮ ਨੂੰ ਅਧੂਰ ਰਹੇ ਨੇ। ਪੰਜਵੇਂ ਪਾਤਸ਼ਾਹ ਨੇ ਬੜਾ ਸਪਸ਼ਟ ਕੀਤਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲ੍ਹੇ ਰਾਮ ਕੇ ਪਿੰਡ ਪੁਰਾਣ, ਨਾ ਅਸੀਂ ਹਿੰਦੂ ਹਾਂ ਨਾ ਅਸੀਂ ਮੁਸਲਮਾਨ ਹਾਂ, ਸਾਡਾ ਨਿਵੇਕਲਾ ਪੰਥ ਆ ਜਿਹੜਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਜਿਆ। ਜੇ ਵਿਸ਼ਨੂੰ ਦੇ ਅਵਤਾਰ ਹੁੰਦੇ ਗੁਰੂ ਨਾਨਕ ਪਾਤਸ਼ਾਹ, ਤਾਂ ਫਿਰ ਉਹ ਜਨੇਊ ਨੂੰ ਜਿਹੜਾ ਸੀਗਾ ਉਹ ਮਨਾ ਨਾ ਕਰਦੇ, ਫਿਰ ਉਹ ਉਸ ਸਮੇਂ ਦੇ ਕਰਮਕਾਂਡ ਜਿਹੜੇ ਹੋ ਰਹੇ ਸੀਗੇ ਉਹ ਉਹਨਾਂ ਨੂੰ ਮਨਾ ਨਾ ਕਰਦੇ, ਮਹਾਰਾਜ ਉਹਨਾਂ ਨੂੰ ਐਕਸੈਪਟ ਕਰ ਲੈਂਦੇ। ਇਸ ਕਰਕੇ ਮਹਾਰਾਜ ਨੇ ਤਾਂ ਉਹਦੇ ਤੋਂ ਬਿਲਕੁਲ ਅਲੱਗ ਜਾ ਕਰਕੇ ਇੱਕ ਓਂਕਾਰ ਦੀ ਜਿਹੜੀ ਪਰਿਭਾਸ਼ਾ ਉਹ ਸਮਝਾਈ ਹੈ, ਅਤੇ ਉਸ ਨਵੇਕਲੇ ਜਿਹੜਾ ਧਰਮ ਆ ਜਿਹੜਾ ਜਿਹਦੇ ਜਿਹਦਾ ਅੱਜ ਆਪਾਂ ਜਿਹਦੀ ਜਿਹਦੇ ਵਿਚਰ ਰਹੇ ਹਾਂ, ਉਹ ਧਰਮ ਜਿਸ ਧਰਮ ਨੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਹਿ ਕੇ ਉਸ ਸਮੇਂ ਜਿਹੜਾ ਉਹ ਲੜਾਈ ਜੰਗ ਜਿਹੜੀ ਆ ਜ਼ੁਲਮ ਦੇ ਵਿਰੁੱਧ ਉਹਦਾ ਨੀਂਹ ਪੱਥਰ ਰੱਖਿਆ, ਅਤੇ ਜ਼ਾਲਮ ਦੇ ਵਿਰੁੱਧ ਜਿਹੜਾ ਮਹਾਰਾਜ ਨੇ ਉੱਥੇ ਬੇਸ਼ੱਕ ਉਹਨਾਂ ਨੂੰ ਚੱਕੀ ਪੀਸਣੀ ਪਈ, ਬੇਸ਼ੱਕ ਉਹਨਾਂ ਨੇ ਜਿਹੜਾ ਉਹ ਸ਼ਾਂਤਮਈ ਤਰੀਕੇ ਦੇ ਨਾਲ ਉਸ ਜੰਗ ਦਾ ਮੁਕਾਬਲਾ ਕੀਤਾ ਜਿਹੜਾ ਬਾਬਰ ਬਣਿਆ ਸੀ ਵੈਗਰੂ। ਹੁਣ ਇਹ ਲੋਕ ਜਿਹੜੇ ਕਹਿ ਰਹੇ ਨੇ ਕਿ ਵਿਸ਼ਨੂੰ ਦਾ ਅਵਤਾਰ ਹੈ, ਇੱਥੋਂ ਸਪਸ਼ਟ ਗੱਲ ਆ ਵੀ ਜੇ ਤਾਂ ਉਹ ਵਿਸ਼ਨੂੰ ਦਾ ਅਵਤਾਰ ਹੁੰਦੇ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ, ਜਾਂ ਉਸ ਤੋਂ ਅੱਗੇ ਆ ਕੇ ਦਸਮ ਪਾਤਸ਼ਾਹ ਵੱਲੋਂ ਖੰਡੇ ਬਾਟੇ ਦੀ ਪਹੁਲ ਤਿਆਰ ਕਰਨੀ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਜਿਹੜੀ ਉਹ ਸਿੱਖੀ ਦੀ ਪਰਿਭਾਸ਼ਾ ਸਾਨੂੰ ਸਾਡੇ ਵੱਡਿਆਂ ਨੇ ਸਮਝਾਈ, ਸਾਡੇ ਗੁਰੂ ਸਾਹਿਬਾਨਾਂ ਨੇ ਸਮਝਾਈ ਨੌਵੇਂ ਪਾਤਸ਼ਾਹ ਤੱਕ, ਬੇਸ਼ੱਕ ਭਾਵੇਂ ਉਹ ਪੰਜਵੇਂ ਪਾਤਸ਼ਾਹ ਵੱਲੋਂ ਜਿਹੜਾ ਉਹ ਸ਼ਾਂਤਮਈ ਰਹਿ ਕੇ ਤਵੀ 'ਤੇ ਬੈਠਣਾ ਹੋਵੇ, ਜਾਂ ਭਾਵੇਂ ਗੁਰੂ ਤੇਗ ਬਹਾਦਰ ਵੱਲੋਂ ਜਿਹੜਾ ਵਾ ਉਹ ਸਰਬੱਤ ਦੇ ਭਲੇ ਵਾਸਤੇ ਸੀਸ ਦੇਣਾ ਹੋਵੇ, ਅਤੇ ਦਸਮ ਪਾਤਸ਼ਾਹ ਵੱਲੋਂ ਲੜੀਆਂ 14 ਜੰਗਾਂ ਦੀ ਆਪਾਂ ਗੱਲ ਕਰੀਏ ਤਾਂ ਉਹ 14 ਜੰਗਾਂ ਜ਼ੁਲਮ ਦੇ ਵਿਰੁੱਧ ਜਲ ਵਿਰੁੱਧ ਲੜੀਆਂ ਜਾਂਦੀਆਂ ਨੇ। ਸੋ ਸਾਡੀ ਇਹ ਵੱਖਰੀ ਪਰਿਭਾਸ਼ਾ, ਅੱਡਰੀ ਪਰਿਭਾਸ਼ਾ ਵਾ ਜਿਹਦਾ ਐਗਜ਼ਾਮਪਲ ਤੁਹਾਨੂੰ ਹੁਣ ਤੱਕ ਅਸੀਂ ਦੇ ਸਕਦੇ ਹਾਂ ਕਿ ਵੱਖਰੀ ਪਰਿਭਾਸ਼ਾ ਜਿਹੜੀ ਆ ਉਹਦੇ 'ਤੇ ਸਾਡਾ ਜਿਹੜਾ ਖਾਲਸਾ ਪੰਥ ਆ ਉਹ ਚੱਲਦਾ ਆ ਰਿਹਾ। ਸੋ ਲਾਲਪੁਰਾ ਸਾਹਿਬ ਜਿਹੜੇ ਨੇ ਮੈਨੂੰ ਲੱਗਦਾ ਬੜੇ ਬਜ਼ੁਰਗ ਨੇ, ਦਾੜਾ ਚੱਟਾ ਉਹਨਾਂ ਦਾ, ਸਿਆਣੇ ਲੱਗਦੇ ਨੇ ਵੇਖਣ ਨੂੰ,
ਪਰ ਇੱਦਾਂ ਦੀਆਂ ਕਮਲੀਆਂ ਮਾਰਨੀਆਂ ਜਿਹੜੀਆਂ ਉਹਨਾਂ ਨੂੰ ਸ਼ੋਭਦੀਆਂ ਨਹੀਂ ਹੈਗੀਆਂ। ਜਿਹਨੂੰ ਨਹੀਂ ਸੀ ਪਤਾ ਅਤੇ ਉਹਨਾਂ ਦਾ ਫਰਜ਼ ਬਣਦਾ ਸੀ ਪਹਿਲਾਂ ਕਿ ਉਹ ਸਿੱਖ ਧਰਮ ਬਾਰੇ ਅਧਿਐਨ ਕਰ ਲੈਂਦੇ। ਵੈਸੇ ਤਾਂ ਉਹ ਆਪਣੇ ਆਪ ਨੂੰ ਇਹ ਕਹਿ ਰਹੇ ਨੇ ਕਿ ਮੈਂ ਸਿੱਖ ਹਾਂ, ਹੁਣ ਉਹ ਆਪਣੇ ਬਿਆਨ ਤੋਂ ਮੁਨਕਰ ਵੀ ਹੋ ਰਹੇ ਨੇ, ਪਰ ਜਿਹੜੇ ਮੂੰਹ 'ਚੋਂ ਸ਼ਬਦ ਨਿਕਲੇ ਹੋਏ ਨੇ ਉਹ ਤਾਂ ਅੱਜ ਕੱਲ੍ਹ ਰਿਕਾਰਡ ਹੋ ਜਾਂਦੇ ਨੇ। ਸੋ ਰਿਕਾਰਡ ਹੋਏ ਹੋਏ ਸ਼ਬਦ ਨੇ ਤਾਂ ਉਹਨਾਂ ਨੂੰ ਕਿੱਦਾਂ ਉਹ ਝੁਟਲਾ ਲੈਣਗੇ? ਉਹਨਾਂ ਨੂੰ ਤਾਂ ਇਹ ਚਾਹੀਦਾ ਸੀ ਵੀ ਜੇ ਉਹਨਾਂ ਕੋਲ ਗਲਤੀ ਹੋਈ ਹੈ ਤਾਂ ਬਿਨਾਂ ਸ਼ਰਤ ਉਹ ਆਪਣੀ ਕੀਤੀ ਗਲਤੀ ਨੂੰ ਮੰਨਦੇ ਆ। ਅੱਛਾ, ਇਸ ਤੋਂ ਪਹਿਲਾਂ ਮੈਂ ਗੱਲ ਕਰਾਂ ਤੁਹਾਡੇ ਧਿਆਨ ਦੇ ਵਿੱਚ ਇੱਕ ਚੀਜ਼ ਲਿਆਉਣਾ, ਇੱਕ ਪੇਪਰ ਦੀ ਕਟਿੰਗ ਸੀਗੀ ਜਿਸ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਸੀਗਾ ਕਿ ਸ਼੍ਰੀ ਹਰਿਮੰਦਰ ਸਾਹਿਬ ਜਿਸ ਸਥਾਨ ਹੈਗਾ ਆ ਉੱਥੇ ਵਿਸ਼ਨੂੰ ਭਗਵਾਨ ਦਾ ਮੰਦਿਰ ਹੁੰਦਾ ਸੀ। ਸੋ ਇਹ ਵੀ ਗੱਲ ਸਾਹਮਣੇ ਆਈ ਸੀਗੀ ਉਦੋਂ। ਪਰ ਅਜਿਹੀਆਂ ਚੀਜ਼ਾਂ ਕਿਉਂ ਕੀਤੀਆਂ ਜਾਂਦੀਆਂ ਆ? ਜੇਕਰ ਮੈਂ ਇੱਕ ਚੀਜ਼ ਹੋਰ ਧਿਆਨ ਦੇ ਵਿੱਚ ਲਿਆਦਾ, ਇੱਕ ਸਟੇਟ ਦੇ ਸੀਗੇ CM ਸੀਗੇ, ਉਹਨਾਂ ਨੇ ਸਟੇਜ 'ਤੇ ਬੋਲੇ ਸੋਹਣੇ ਹਾਲ ਦਾ ਜਕਾਰਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹ ਵੀ ਜਕਾਰਾ ਉਹਨਾਂ ਕੋਲ ਸਹੀ ਤਰ੍ਹਾਂ ਲਗਾਇਆ ਨਹੀਂ ਸੀ ਗਿਆ। ਫਿਰ MP ਦੀ ਇਲੈਕਸ਼ਨ ਵੇਲੇ ਲਾਲਜੀਤ ਸਿੰਘ ਭੁੱਲਰ ਨੇ ਜੋ ਤਰਨ ਤਾਰਨ ਹਲਕੇ ਤੋਂ, ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨਾਲ ਟਿੱਪਣੀ ਜੋੜੀ ਸੀਗੀ ਅਰਵਿੰਦ ਕੇਜਰੀਵਾਲ ਨਾਲ। ਸੋ ਅਜਿਹੀਆਂ ਆਪਾਂ ਹਰਕਤਾਂ ਕਿਉਂ ਕਰਦੇ ਹਾਂ? ਪੋਲੀਟਿਕਸ ਦੇ ਵਿੱਚ ਆਪਾਂ ਗੁਰੂ ਸਾਹਿਬਾਨਾਂ ਨੂੰ ਕਿਉਂ ਜੋੜਦੇ? ਮੈਂ ਇਹ ਗੱਲ ਜਿਹੜੀ ਆ, ਅਸੀਂ ਇਹ ਚੀਜ਼ ਬੜੇ ਚਿਰ ਤੋਂ ਇਹ ਗੱਲ ਕਹਿ ਰਹੇ ਹਾਂ, ਨੋਟਿਸ 'ਚ ਵੀ ਸਾਡੇ ਜਾਂਦੀ ਰਹਿੰਦੀ ਹੈ ਅਤੇ ਇਹ ਗੱਲ ਅਸੀਂ ਬੜੀ ਵਾਰੀ ਕਹਿ ਵੀ ਚੁੱਕੇ ਹਾਂ, ਖਾਸ ਕਰਕੇ ਸਿਆਸਤਦਾਨਾਂ ਨੂੰ, ਕਿ ਤੁਹਾਡਾ ਕੋਈ ਜਿਹੜਾ ਵਾ ਉਹ ਫਰਜ਼ ਨਹੀਂ ਬਣਦਾ ਕਿ ਤੁਸੀਂ ਜਦੋਂ ਆਪਣੀ ਸਿਆਸਤ ਦੀ ਗੱਲ ਕਰਦੇ ਹੋ, ਕੁਰਸੀ ਦੀ ਗੱਲ ਕਰਦੇ ਹੋ, ਭਾਵੇਂ ਬਾਈ ਇਲੈਕਸ਼ਨ ਹੋਵੇ ਜਾਂ ਤੁਸੀਂ ਵੈਸੇ ਵੀ ਕਿਸੇ ਸਟੇਜ 'ਤੇ ਗੱਲ ਕਰੋ, ਕਿ ਤੁਸੀਂ ਗੁਰਬਾਣੀ ਦੀ ਵਰਤੋਂ ਕਰੋ। ਬਹੁਤਾਂਤ ਜਿਹੜੇ ਨੇਤਾ ਨੇ ਉਹ ਗੁਰਬਾਣੀ ਦੀ ਵਰਤੋਂ ਕਰਦੇ ਜਦਕਿ ਉਹਨਾਂ ਨੂੰ ਗੁਰਬਾਣੀ ਦਾ ਗਿਆਨ ਨਹੀਂ ਹੁੰਦਾ। ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਪੰਕਤੀ ਜਿਹੜੀ ਬੋਲ ਰਹੇ ਹਾਂ ਉਹ ਕਾਹਦੇ ਸੰਦਰਭ 'ਚ ਬੋਲ ਰਹੇ ਹਾਂ, ਉਹਦਾ ਕੀ ਅਰਥ ਬਣਦਾ। ਅਤੇ ਜ਼ਿਆਦਾਤਰ ਪੰਕਤੀਆਂ ਜਿਹੜੀਆਂ ਉਹ ਆਪਣੇ ਲੀਡਰਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੇ ਪੈਰਾਂ 'ਚ ਜਾ ਕੇ ਪਏ ਹੁੰਦੇ ਨੇ, ਪਹਿਲਾਂ ਹੀ ਇਹਨਾਂ ਨੇ ਆਪਣੀਆਂ ਪੱਗਾਂ ਤੱਕ ਪੈਰਾਂ ਰੱਖੀਆਂ ਹੋਈਆਂ ਉਹਨਾਂ ਦੇ, ਅਤੇ ਇਸ ਕਰਕੇ ਇਹ ਉਹਨਾਂ ਨੂੰ ਖੁਸ਼ ਕਰਨ ਲਈ ਚਾਪਲੂਸੀ ਕਰਨ ਵਾਸਤੇ ਇੱਦਾਂ ਦੀਆਂ ਕਰਤੂਤਾਂ ਕਰਦੇ ਨੇ ਜਿਹੜੀਆਂ ਬੜੀਆਂ ਮਾੜੀਆਂ ਅਤੇ ਮੰਦਭਾਗੀ ਕਰਤੂਤਾਂ ਨੇ। ਆਸ ਕਰਦੇ ਹਾਂ ਵੀ ਇਹ ਇਹਨਾਂ ਨੂੰ ਮਹਾਰਾਜ ਸਮੱਤ ਬਖਸ਼ਣ, ਅਕਲ ਆਵੇ ਇਹਨਾਂ ਨੂੰ, ਕਿਉਂਕਿ ਇਹ ਹੰਕਾਰ ਹੀ ਨੇ ਸੱਤਾ ਦੇ ਨਸ਼ੇ ਦੇ ਵਿੱਚ। ਪਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਬੜੀਆਂ ਮੰਦਭਾਗੀਆਂ ਅਤੇ ਬੜੇ ਲੰਮੇ ਸਮੇਂ ਤੋਂ ਹੋ ਰਹੀਆਂ ਨੇ। ਬਹੁਤਾਂ ਤਾਂ ਬੇਸ਼ੱਕ ਭਾਵੇਂ ਉਹ ਅਕਾਲੀ ਹੀ ਰਹੇ ਹੋਣ ਕਿਸੇ ਸਮੇਂ ਦੇ ਉੱਤੇ, ਕਾਂਗਰਸੀ ਹੋਣ, ਭਾਵੇਂ ਝਾੜੂ ਵਾਲੇ ਆ ਗਏ ਜਾਂ ਕੋਈ ਭਾਜਪਾ ਵਾਲੇ ਹੋ ਗਏ, ਜਿਹੜੇ ਵੀ ਲੋਕ ਸਿਆਸਤ ਨਾਲ ਸੰਬੰਧ ਰੱਖਦੇ ਨੇ, ਇਹ ਗੁਰਬਾਣੀ ਦੀਆਂ ਪੰਕਤੀਆਂ ਨੂੰ, ਗੁਰ ਇਤਿਹਾਸ ਨੂੰ ਬੜੀ ਬੜੀ ਤੋੜ ਮੋੜ ਕੇ ਪੇਸ਼ ਕਰਦੇ ਰਹਿੰਦੇ ਨੇ। ਇਹ ਬੜਾ ਮਾੜਾ ਅਤੇ ਮੰਦਭਾਗਾ ਵਾ, ਇਹ ਨਹੀਂ ਹੋਣਾ ਚਾਹੀਦਾ। ਇਹਨਾਂ ਨੂੰ ਜੀ ਅਕਲ ਨਹੀਂ ਹੈਗੀ ਇਸ ਚੀਜ਼ ਦੀ, ਅਤੇ ਇਹ ਆਪਣੀ ਸਿਆਸਤ ਕਰਨ, ਜਿਹੜੀ ਗੰਦੀ ਸਿਆਸਤ ਕਰਦੇ ਫਿਰਦੇ ਨੇ ਕੁਰਸੀ ਦੀ ਖਾਤਰ, ਇਹ ਉਹ ਕਰਨ। ਗੁਰਬਾਣੀ ਨੂੰ, ਗੁਰ ਇਤਿਹਾਸ ਨੂੰ, ਖਾਲਸਾ ਪੰਥ ਨੂੰ ਵਿਗਾੜਨ ਦੀ ਇਹਨਾਂ ਦੇ ਵੱਲੋਂ ਵਾਰ ਵਾਰ ਜਿਹੜੀ ਜ਼ੁਰਤ ਕੀਤੀ ਜਾਂਦੀ ਆ ਉਹ ਨਾ ਕਰਨ, ਨਹੀਂ ਤਾਂ ਉਹਦਾ ਖਮਿਆਜ਼ਾ ਤਾਂ ਇਹ ਆ ਵੀ ਫਿਰ ਕਿਤੇ ਨਾ ਕਿਤੇ ਕੋਈ ਜਿਹੜਾ ਜ਼ੁਰਤ ਵਾਲਾ ਸਿੱਖ ਟੱਕਰੂਗਾ ਗਲੋਂ ਫੜ ਕੇ ਪੁੱਛੂਗਾ ਹੀ ਨਾ। ਸੋ ਦੂਸਰੀ ਜਿਹੜੀ ਇਹ ਵੀ ਗੱਲ ਆ ਵੀ ਜਿਹੜਾ ਇਹਨਾਂ ਦੇ ਵੱਲੋਂ ਵਾਰ ਵਾਰ ਇਹ ਕੋਸ਼ਿਸ਼ ਕੀਤੀ ਜਾਂਦੀ, ਜਿਵੇਂ ਵਿਸ਼ਨੂੰ ਅਵਤਾਰ ਦੀ ਗੱਲ ਕੀਤੀ ਗਈ, ਮੰਦਰ ਵਿਸ਼ਨੂੰ ਮੰਦਰ ਸੀਗਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਬਾਰੇ ਕਿਹਾ ਗਿਆ ਜਾਂ ਕਿਹਾ ਜਾਂਦਾ। ਬਹੁਤ ਲੋਕ ਨੇ ਜਿਹੜੇ ਜਿਨ੍ਹਾਂ ਦਾ ਕੰਮ ਅੱਗ ਲਾਉਣਾ, ਅਤੇ ਉਹ ਲੋਕ ਜਿਨ੍ਹਾਂ ਨੇ ਹਮੇਸ਼ਾ ਹੀ ਜਿਹੜਾ ਵਾ ਉਹ ਸਮਾਜ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ, ਅਜਿਹੀਆਂ ਬਿਆਨਬਾਜ਼ੀਆਂ ਭਾਵੇਂ ਉਹ ਖੌਤੀ ਸ਼ਿਵ ਸੈਨਾ ਵਾਲੇ ਹੋਣ ਅਤੇ ਭਾਵੇਂ ਉਹ ਹੋਰ ਉਹ ਚੰਦ ਲੋਕ ਹੋਣ ਜਿਹੜੇ ਆਪਣੇ ਆਪ ਨੂੰ RSS ਨਾਲ ਸੰਬੰਧਿਤ ਦੱਸਦੇ ਨੇ ਜਾਂ ਉਹ RSS ਦੀ ਵਿਚਾਰਧਾਰਾ ਦੇ ਅਧੀਨ ਕੰਮ ਕਰਦੇ ਨੇ ਜਾਂ ਉਹ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਦੇ ਨੇ ਕਿ ਜਿਹੜੇ ਸਿੱਖ ਅਤੇ ਜਿਹੜੇ ਹਿੰਦੂ ਨੇ ਉਹ ਇੱਕ ਨੇ, ਜਿਹੜੇ ਬਹੁਤਾਂਤ ਜਿਹੜੇ ਲੋਕ ਨੇ ਉਹਨਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਸਿੱਖ ਨੇ ਉਹ ਹਿੰਦੂਆਂ ਧਰਮ ਦੇ ਰੱਖਿਆ ਦੇ ਵਾਸਤੇ ਜਿਹੜੀ ਉਹ ਬਣਾਈ ਗਈ ਸੈਨਾ ਵਾਂ ਕੇ ਸਰਦਾਰੀ, ਜਦਕਿ ਇੱਦਾਂ ਦਾ ਕੁਛ ਨਹੀਂ ਹੈਗਾ। ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਕੰਸੈਪਟ ਆ ਸਾਰਾ ਵੱਖਰਾ ਕਰ ਦਿੱਤਾ ਸੀਗਾ ਉਸ ਦਿਨ, ਜਿਸ ਦਿਨ ਉਹਨਾਂ ਨੇ ਜਨੇਊ ਪਾਉਣ ਤੋਂ ਨਾਂਹ ਕਰ ਦਿੱਤੀ ਸੀਗੀ। ਅਤੇ ਦਸਵੇਂ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਅੱਜ ਦੇ ਸਾਡੇ ਅਜੋਕੇ ਸਾਡੇ ਲਾ ਆਖਰੀ ਸ਼ਹੀਦ ਜਿਹੜਾ ਸਾਡੀ ਕੌਮ ਦਾ ਕੋਈ ਹੋਇਆ, ਉਹਨੇ ਵੀ ਜਿਹੜਾ ਵਾ ਉਸ ਵਿਲੱਖਣਤਾ ਦੇ ਅਧੀਨ ਹੀ ਸ਼ਹਾਦਤ ਪ੍ਰਾਪਤ ਕੀਤੀ ਹੈ। ਸੋ ਇਸ ਕਰਕੇ ਇਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਬੋਲਣ ਤੋਂ ਪਹਿਲਾਂ। ਮੈਂ ਸੋਚਦਾ ਲਾਲਪੁਰਾ ਹੁਣੀ ਵੀ ਸਾਬਤ ਸੂਰਤ ਸਿੱਖ ਨੇ ਸਿਰ 'ਤੇ ਦਸਤਾਰ ਸਜਾਉਂਦੇ ਨੇ, ਹਾਲਾਂਕਿ ਉਹਨਾਂ ਨੂੰ ਇਹ ਵੀ ਚੀਜ਼ ਪਤਾ ਹੈ ਕਿ ਸਿੱਖ ਧਰਮ ਦੇ ਵਿੱਚ ਮੂਰਤ ਪੂਜਾ ਨੂੰ ਕਿਤੇ ਨਾ ਕਿਤੇ ਮਨਾ ਕੀਤਾ ਜਾਂਦਾ, ਮੂਰਤੀ ਤੋਂ ਮੰਨਣ ਦੀ ਗੱਲ ਕਰ ਰਹੀ ਤਾਂ ਮਨਾ ਕੀਤਾ ਜਾਂਦਾ, ਪਰ ਫਿਰ ਵੀ ਆਪਾਂ ਇਹ ਚੀਜ਼ਾਂ ਨਾਲ ਕਿਤੇ ਨਾ ਕਿਤੇ ਗੁਰੂ ਨਾਨਕ ਪਾਤਸ਼ਾਹ ਨੂੰ ਜੋੜ ਰਹੇ। ਇੱਕ ਤਾਂ ਜੀ ਨਾ ਆਪਾਂ ਸਿਮਰੇ ਚੀਜ਼ ਸਮਝੀਏ ਵੀ ਜਿਹੜੇ ਲੋਕ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਸਿੱਖ ਹਾਂ, ਦਸਤਾਰਾਂ 'ਚ ਸਿਰ ਫਸਾਏ ਹੋਏ ਨੇ, ਪੱਗਾਂ ਦੇ ਵੀ ਸਿਰ ਫਸਾਏ ਹੋਏ ਨੇ,
ਜ਼ਰੂਰੀ ਨਹੀਂ ਹੁੰਦਾ ਕਿ ਹਰ ਦਸਤਾਰਧਾਰੀ ਜਿਹੜਾ ਵਾ ਉਹ ਸਿੱਖ ਹੋਵੇ, ਉਹਦੀ ਵਿਚਾਰਧਾਰਾ ਸਿੱਖਾਂ ਵਾਲੀ ਹੋਵੇ। ਨਕਲੀ ਵੀ ਕਹਿ ਸਕਦੇ ਹਾਂ ਆਪਾਂ, ਨਕਲੀ ਵੀ ਬਣ ਜਾਂਦੇ। ਪਿੱਛੇ ਫਿਲਮ ਇੱਕ ਆਈ ਸੀਗੀ, ਉਹ ਕੁਛ ਨਕਲੀਏ ਜਿਹੜੇ ਸੀ ਉਹਨਾਂ ਨੂੰ ਸਿੱਖ ਬਣਾ ਕੇ ਅਤੇ ਉਹ ਫਿਲਮ ਬਣਾ ਕੇ ਨਾ ਉਹਨਾਂ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਹੈ ਤਾਂ ਉਹ ਨਕਲੀਏ ਸੀ ਨਾ, ਸਿੱਖ ਤਾਂ ਨਹੀਂ ਸੀ ਨਾ ਹੋਣੇ। ਜੇ ਉਹ ਸਿੱਖ ਹੁੰਦੇ ਤਾਂ ਫਿਰ ਉਹ ਇਤਿਹਾਸ ਜਿਹੜਾ ਸੀਗਾ ਉਹ ਕੁਛ ਹੋਰ ਹੋਣਾ ਸੀਗਾ, ਉਹ ਜਿਹੜੀ ਫਿਲਮ ਬਣੀ ਸੀ ਉਹ ਕੁਛ ਹੋਰ ਹੋਣੀ ਸੀਗੀ। ਇਸ ਕਰਕੇ ਸਾਨੂੰ ਇਹ ਚੀਜ਼ ਸਮਝਣੀ ਪਊਗੀ ਵੀ ਸਾਡੇ ਉੱਤੇ ਥੋਪਿਆ ਜਾ ਰਿਹਾ, ਕਦੀ ਫਿਲਮਾਂ ਰਾਹੀਂ ਥੋਪਿਆ ਜਾਂਦਾ, ਕਦੀ ਜਿਹੀਆਂ ਬਿਆਨਬਾਜ਼ੀਆਂ ਰਾਹੀਂ ਥੋਪਿਆ ਜਾਂਦਾ, ਅਤੇ ਕਦੀ ਨਾ ਕਦੀ ਇਹਨਾਂ ਲੋਕਾਂ ਵੱਲੋਂ ਬੜੀ ਸਾਜਿਸ਼ ਅਧੀਨ ਪਲੈਨ ਕਰਕੇ। ਜਿਵੇਂ ਉਸ ਵਿਸ਼ਨੂੰ ਦੇ ਮੰਦਰ ਦੇ ਜਿਹੜੀ ਇਤਿਹਾਸ ਦੀ ਗੱਲ ਕੀਤੀ ਵੀ ਉਹ ਬੜੀ ਸੋਚੀ ਸਮਝੀ ਸਾਜਿਸ਼ ਆ। ਜਿਵੇਂ ਪਹਿਲਾਂ ਬਾਬਰੀ ਮਸਜਿਦ ਵਾਲਾ ਜਿਹੜਾ ਉਹਨਾਂ ਨੇ ਇਤਿਹਾਸ ਬਣਾਇਆ ਆਪਣਾ ਆਪ 'ਚ, ਉਹਨਾਂ ਨੇ ਜਿਵੇਂ ਜੋ ਧੱਕਾ ਕੀਤਾ ਹੈ ਨਾ ਮੁਸਲਮਾਨ ਵੀਰਾਂ ਨਾਲ ਹੋਇਆ, ਆਪਾਂ ਜਾਣਦੇ ਹਾਂ ਸਾਰਾ ਕੁਛ, ਕਿਵੇਂ ਬਾਬਰੀ ਮਸਜਿਦ ਨੂੰ ਢਾਹ ਕੇ ਅਤੇ ਉੱਥੇ ਉਹਨਾਂ ਨੇ ਮੰਦਰ ਬਣਾ ਲਿਆ ਧੱਕੇ ਦੇ ਨਾਲ, ਕਿਉਂਕਿ ਰਾਜ ਸ਼ਕਤੀ ਸੀ ਉਹਨਾਂ ਕੋਲ, ਪਾਵਰ ਸੀ। ਇਸੇ ਤਰ੍ਹਾਂ ਹੀ ਹੁਣ ਉਹ ਇਹ ਸੋਚਦੇ ਨੇ ਸ਼ਾਇਦ ਵੀ ਸਿੱਖਾਂ ਦੇ ਜਿਹੜੇ ਸਾਡੇ ਅਸਥਾਨ ਨੇ, ਜਿੱਥੇ ਜਿਵੇਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਜਾਂ ਸਾਡੇ ਤਖਤ ਸਾਹਿਬਾਨਾਂ ਦੀ ਗੱਲ ਕਰੀਏ, ਵੀ ਉੱਥੇ ਉਹ ਆਪਣੀ ਉਸ ਵਿਚਾਰਧਾਰਾ ਨੂੰ ਲਾਗੂ ਕਰਨ ਲਈ ਦੀ ਕੋਸ਼ਿਸ਼ ਕਰਨਗੇ, ਜਾਂ ਉਹ ਕਰਨਗੇ ਤਾਂ ਭੁਲੇਖਾ ਵੈਸੇ ਉਹਨਾਂ ਦਾ ਇਹ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਉਹ ਪੰਥ ਆ ਜਿਹੜਾ ਪੰਥ ਹਮੇਸ਼ਾ ਉੱਠ ਖਲੋਇਆ ਵਾ, ਭਾਵੇਂ ਜਿੰਨਾ ਮਰਜ਼ੀ ਜ਼ੁਲਮ ਹੋਇਆ ਹੋਵੇ, ਜਿੰਨਾ ਮਰਜ਼ੀ ਧੱਕਾ ਹੋਇਆ ਹੋਵੇ, ਇੱਥੇ ਘੱਲੂਘਾਰੇ ਵਾਪਰੇ ਨੇ ਅਤੇ ਉਹ ਘੱਲੂਘਾਰੇ ਵਾਪਰਨ ਤੋਂ ਬਾਅਦ ਵੀ ਜਿਹੜਾ ਵਾ ਉਹ ਸਿੱਖ ਜਿਹੜੇ ਨੇ ਉਹ ਨਹੀਂ ਡੁੱਲੇ। ਬੇਸ਼ੱਕ ਇੱਥੇ ਗਿਣਤੀ ਸਾਡੀ ਬਹੁਤ ਚੰਦ ਰਹਿ ਗਈ ਸੀ, ਪਰ ਬੋਤਾ ਸਿੰਘ ਗਰਜਾ ਸਿੰਘ ਨੇ ਆ ਕਰਕੇ ਅਤੇ ਜਿਹੜਾ ਉਹ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਅਤੇ ਫਲਸਫਾ ਜਿਹੜਾ ਸੀ ਉਹਨੂੰ ਲਾਗੂ ਕੀਤਾ। ਸੋ ਇਸ ਤਰੀਕੇ ਨਾਲ ਜਿਵੇਂ ਗੁਰਦੁਆਰਾ ਸਾਹਿਬ ਢਾਹੁਣ ਦੀ ਗੱਲ ਕੀਤੀ ਤੁਸੀਂ, ਉੜੀਸਾ ਦੇ ਵਿੱਚ ਮੰਗੂ ਮੱਠ ਗੁਰਦੁਆਰਾ ਸਾਹਿਬ ਹੈਗਾ, ਸੋ ਉਸ ਜਗ੍ਹਾ ਨੂੰ ਢਾਹ ਕੇ ਜਿਵੇਂ ਹੁਣ ਬਾਥਰੂਮ ਉਸ ਜਗ੍ਹਾ ਤੱਕ ਬਣਾਏ ਗਏ ਨੇ, ਸੋ ਉਸ ਦੇ ਉੱਪਰ ਵੀ ਹੁਣ ਕੋਈ ਜਿਹੜਾ ਹੈ ਕਹਿ ਲਈਏ ਨਾ ਸ਼੍ਰੋਮਣੀ ਕਮੇਟੀ ਨੇ ਟਿੱਪਣੀ ਕੀਤੀ ਆ, ਨਾ ਸਰਕਾਰ ਇਸ ਦੇ ਉੱਪਰ ਧਿਆਨ ਦੇ ਰਹੀ ਕਿ ਉਸ ਜਗ੍ਹਾ 'ਤੇ ਗੁਰਦੁਆਰਾ ਸਾਹਿਬ ਸੀ, ਅੱਜ ਆਪਾਂ ਉੱਥੇ ਬਾਥਰੂਮ ਵਗੈਰਾ ਬਣਵਾ ਰਹੇ ਹਾਂ। ਹਾਂ, ਉਹ ਮੰਗੂ ਮੱਠ ਤੁਸੀਂ ਗੱਲ ਕਰਦੇ ਹੋ, ਹੋਰ ਵੀ ਬਹੁਤ ਇਤਿਹਾਸਿਕ ਸਥਾਨ ਨੇ ਜਿਹੜੇ ਇਹਨਾਂ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਤਰੀਕੇ ਨਾਲ ਬਲੀਆ ਮੀਟ ਕਰਦੇ ਜਾਣ, ਕਰ ਦਿੱਤੇ ਗਏ ਨੇ। ਹਾਂ ਬਿਲਕੁਲ, ਸਾਡੀਆਂ ਸੰਸਥਾਵਾਂ ਦੀ ਇਹ ਘਾਟ ਆ, ਸਾਡੀਆਂ ਜਿਹੜੀਆਂ ਸਰਮੌਰ ਸੰਸਥਾਵਾਂ ਨੇ, ਜਿਵੇਂ ਅੱਜ ਇਹ ਲਾਲਪੁਰਾ ਦੇ ਬਿਆਨ ਦੇ ਉੱਤੇ SGPC ਦੇ ਪ੍ਰਧਾਨ ਸਾਹਿਬ ਜਾਂ ਸਾਡੇ ਜਿੰਨੇ ਵੀ ਆਗੂ ਨੇ ਉਹ ਬੋਲੇ ਨੇ, ਕਾਸ਼ ਇਹ ਉਦੋਂ ਵੀ ਬੋਲਣ ਜਦੋਂ ਇੱਦਾਂ ਦੀਆਂ ਗੱਲਾਂ ਹੁੰਦੀਆਂ ਨੇ, ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ, ਕਿਉਂਕਿ ਸਰਮੌਰ ਜਿਹੜੀ ਸਾਡੀ ਸੰਸਥਾਵਾਂ ਨੇ ਉਹਨਾਂ ਦੀਆਂ ਕੁਰਸੀਆਂ 'ਤੇ ਬੈਠੇ ਨੇ, ਅਹੁਦਿਆਂ 'ਤੇ ਬਿਰਾਜਮਾਨ ਨੇ, ਅਤੇ ਜੇਕਰ ਬਿਰਾਜਮਾਨ ਹੋ ਕੇ ਇਹਨਾਂ ਨੇ ਗੱਲ ਹੀ ਨਹੀਂ ਕਰਨੀ ਪੰਥ ਦੀ, ਗੱਲ ਹੀ ਨਹੀਂ ਕਰਨੀ ਸਾਡੀ ਕੌਮ ਦੀ ਜਾਂ ਸਾਡੇ ਨਾਲ ਹੋਰੇ ਧੱਕੇ ਦੀ, ਫਿਰ ਕੁਰਸੀਆਂ 'ਤੇ ਬਹਿਣ ਦਾ ਮੈਨੂੰ ਲੱਗਦਾ ਇਹਨਾਂ ਦਾ ਕੋਈ ਤੁੱਕ ਨਹੀਂ ਬਣਦਾ। ਸੋ ਜੇ ਇਹਨਾਂ ਨੂੰ ਮਾਰੇ ਨੇ ਪਾਵਰ ਬਖਸ਼ੀ ਆ ਅਤੇ ਇਹਨਾਂ ਦਾ ਫਰਜ਼ ਬਣਦਾ ਵੀ ਸਿਰਫ ਸਿਆਸੀ ਮੁੱਦਿਆਂ 'ਤੇ ਇਹਨੇ ਬੋਲਣ, ਹੁਣ ਇਹ ਤਾਂ ਸਿਆਸੀ ਮੁੱਦਾ ਬਣ ਗਿਆ ਨਾ, ਇਸ ਕਰਕੇ ਮੈਨੂੰ ਲੱਗਦਾ ਵੀ ਇੱਕ ਸਿਆਸਤ ਨੂੰ ਚਮਕਾਉਣ ਦੀਆਂ ਖੇਡਾਂ ਨੇ ਤਾਂ। ਪਰ ਹਾਂ, ਲਾਲਪੁਰੇ ਨੇ ਬੋਲਿਆ ਨਾ, ਵਿਰੋਧ ਕੀਤਾ, ਧੰਨਵਾਦ। ਪਰ ਜਿਵੇਂ ਤੁਸੀਂ ਗੱਲ ਕੀਤੀ ਕਿ ਅਸਥਾਨਾਂ ਦੀ ਗੱਲ ਕਰਦੇ ਹੋ ਜਾਂ ਹੋਰ ਵੀ ਸਿੱਖਾਂ ਪੰਥ ਦੇ ਜਿਹੜੇ ਮਸਲੇ ਨੇ ਉਹਨਾਂ ਦੀ ਗੱਲ ਕਰਦੇ ਹੋ, ਤਾਂ ਫਰਜ਼ ਬਣਦਾ ਇਹਨਾਂ ਦਾ ਬੋਲਣ ਦਾ। ਅੱਛਾ, ਜੇਕਰ ਹੁਣ ਗੱਲ ਕਰਾਂ ਸ਼੍ਰੋਮਣੀ ਕਮੇਟੀ ਨੂੰ ਇੱਕ ਅਜਿਹਾ ਮਤਾ ਪਾਸ ਕਰਨਾ ਪਵੇ ਕਿ ਜੇਕਰ ਕੋਈ ਪੋਲਿਟਿਕਸ ਦੇ ਵਿੱਚ ਆ ਕੇ ਗੁਰਬਾਣੀ ਦੀਆਂ ਗਲਤ ਪੰਕਤੀਆਂ ਪੜਦਾ ਤਾਂ ਉਹਦੇ 'ਤੇ ਫਿਰ ਸਖਤ ਕਾਰਵਾਈ ਹੋਣੀ ਚਾਹੀਦੀ? ਮੈਂ ਕਹਿੰਦਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਵਾ ਉਹ ਹੁਕਮਨਾਮਾ, ਜਿਹੜਾ ਹੁਕਮ ਜਾਰੀ ਹੋਣਾ ਚਾਹੀਦਾ, ਅਤੇ ਉਹ ਹੁਕਮ ਜਾਰੀ ਨਾ ਹੋਵੇ ਉਹਦੇ 'ਤੇ ਪਹਿਰਾ ਵੀ ਦਿੱਤਾ ਜਾਵੇ। ਇਹ ਨਾ ਹੋਵੇ ਵੀ ਸਿਰਫ ਹੁਕਮ ਨਾ ਉਹ ਜਾਰੀ ਹੋ ਜਾਏ ਅਤੇ ਬਾਅਦ 'ਚ ਉਹ ਲਾਗੂ ਨਾ ਹੋਵੇ ਹੁਕਮ। ਗੱਲ ਕਰ ਰਹੇ ਜਥੇਦਾਰ ਦੀ ਵੈਲਿਊ ਨਹੀਂ ਕੁਛ ਰਹਿ ਗਈ, ਅਜਿਹਾ ਸਮਾਂ ਵੀ ਸੀਗਾ ਜਦੋਂ ਬਾਬਾ ਅਕਾਲੀ ਫੁੱਲਾ ਸਿੰਘ ਜੀ ਹੁੰਦੇ ਸੀਗੇ ਅਤੇ ਉਹਨਾਂ ਦਾ ਜਦੋਂ ਹੁਕਮ ਜਾਰੀ ਹੁੰਦਾ ਸੀ ਤਾਂ ਸ਼ੇਰੇ ਪੰਜਾਬ ਉਹਨਾਂ ਦੇ ਸਿਰ ਮੱਥੇ ਹੁੰਦਾ ਸੀ। ਅੱਜ ਜਥੇਦਾਰਾਂ ਨੂੰ ਇੱਥੇ ਖੜ ਕੇ ਅਪੀਲਾਂ ਕਰਨੀਆਂ ਪੈਂਦੀਆਂ, ਉਦੋਂ ਹੁਕਮ ਜਾਰੀ ਹੁੰਦੇ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਪਹਿਰਾ ਬਹੁਤ ਵੱਡਾ ਵਾ, ਬਹੁਤ ਉੱਚਾ ਅਤੇ ਸੁੱਚਾ ਵਾ। ਕੋਈ ਵੀ ਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਆ, ਪੰਥ ਨੂੰ ਸਮਰਪਿਤ ਆ, ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਨਕਰ ਨਹੀਂ ਹੋ ਸਕਦਾ। ਹਾਂ, ਅੱਜ ਦੇ ਚੁੱਕੇ ਸਮੇਂ ਦੇ ਵਿੱਚ ਇਹ ਹੋ ਰਿਹਾ ਕਿ ਅਕਾਲ ਤਖਤ ਸਾਹਿਬ ਦੇ ਸੁਭਾਈਮਾਨ ਜਿਹੜੇ ਸਾਡੇ ਜਹੇਦਾਰ ਨੇ, ਜਿਹੜੇ ਅਹੁਦੇਦਾਰ ਨੇ, ਉਹਨਾਂ ਦੇ ਕੋਲੋਂ ਉਹ ਜਿਹੜਾ ਫਲਸਫਾ ਹੈ, ਉਹ ਜਿਹੜੇ ਸਿਧਾਂਤ ਨੇ, ਉਹ ਲਾਗੂ ਨਹੀਂ ਕਰਵਾਏ ਜਾ ਸਕੇ, ਕਿਉਂਕਿ ਉਹ ਮੈਨੂੰ ਲੱਗਦਾ ਪਰਪੱਕ ਨਹੀਂ ਹੈਗੇ। ਅਕਾਲੀ ਫੂਲਾ ਸਿੰਘ ਤੁਸੀਂ ਗੱਲ ਕਰਦੇ ਹੋ, ਅਤੇ ਜੇ ਅਕਾਲੀ ਫੂਲਾ ਸਿੰਘ ਦੀ ਗੱਲ ਆਪਾਂ ਕਰਦੇ ਹਾਂ ਤਾਂ ਉਹਨਾਂ ਦਾ ਜਿਹੜਾ ਅਕਾਲੀ ਫੂਲਾ ਸਿੰਘ ਦਾ ਜੀਵਨ ਸੀਗਾ ਉਹ ਬੜਾ ਉੱਚਾ ਅਤੇ ਸੁੱਚਾ ਸੀ। ਉਹ ਕਿਸੇ ਵੀ
ਬੰਦੇ ਦੇ ਅਧੀਨ ਕੰਮ ਨਹੀਂ ਸੀ ਕਰਦੇ, ਉਹ ਕਿਸੇ ਸਿਆਸੀ ਪਾਰਟੀ ਦੇ ਅਧੀਨ ਕੰਮ ਨਹੀਂ ਸੀ ਕਰਦੇ, ਉਹ ਕਿਸੇ ਵੱਲੋਂ ਚੁਣੇ ਹੋਏ ਬੰਦੇ ਨਹੀਂ ਸੀ ਕਿ ਚੰਦ ਕਿਸੇ ਪਰਟੀਕੁਲਰ ਬੰਦੇ ਵੱਲੋਂ ਚੁਣੇ ਹੋਏ ਸੀ, ਉਹ ਪੰਥ ਵੱਲੋਂ ਚੁਣੇ ਹੋਏ ਸੀ, ਪੰਥ ਵੱਲੋਂ ਪ੍ਰਵਾਨ ਹੋ ਕੇ ਜਹੇਦਰ ਬਣਦੇ ਸੀਗੇ, ਜੋ ਸਾਡਾ ਪੁਰਾਤਨ ਇਤਿਹਾਸ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਹੇਦਰ ਜਿਹੜਾ ਵੀ ਹੋਇਆ ਦਲ ਪੰਥ ਬੁੱਢਾ ਦਲ ਦਾ ਜਹੇਦਰ ਹੁੰਦਾ ਸੀਗਾ, ਅਤੇ ਜਿਹੜੇ ਦਲ ਪੰਥ ਬੁੱਢਾ ਦਲ ਜਹੇਦਰ ਹੁੰਦੇ ਸੀ ਉਹ ਬਿਲਕੁਲ ਵਿਹੰਗਮ ਹੁੰਦੇ ਸੀ, ਨਿਰਲੇਪ ਹੁੰਦੇ ਸੀਗੇ, ਉਹਨਾਂ ਨੂੰ ਦੁਨੀਆਂ ਦੇ ਨਾਲ ਕੋਈ ਮਸਲਾ ਨਹੀਂ ਸੀ ਹੁੰਦਾ, ਉਹ ਪੰਥ ਨੂੰ ਸਮਰਪਿਤ ਹੁੰਦੇ ਸੀ, ਜਾਂ ਪੰਥ ਵਾਸਤੇ ਜਾਨ ਦੇਣੀ ਜਾਣਦੇ ਸੀ ਜਾਂ ਉਹ ਲੈਣੀ ਜਾਣਦੇ ਸੀ। ਪਰ ਅੱਜ ਜਿਹੜਾ ਵਾ ਉਹ ਕਿਤੇ ਨਾ ਕਿਤੇ ਜਿਹੜੇ ਸਾਡੇ ਜਹੇਦਾਰ ਨੇ ਤਖਤਾਂ ਦੇ ਬਿਰਾਜਮਾਨ, ਉਹ ਨਿੱਜ ਦੀ ਖਾਤਰ ਵੀ ਜਿਹੜਾ ਵਾ ਉਹ ਤੁਰੇ ਹੋਏ ਨੇ, ਅਤੇ ਕੁਛ ਉਹ ਚੰਦ ਉਹਨਾਂ ਲੋਕਾਂ ਦੇ ਵੱਲੋਂ ਬਣਾਏ ਗਏ ਨੇ ਜਿਹੜੇ ਲੋਕ ਕੁਰਸੀਆਂ ਦੇ ਬਿਰਾਜਮਾਨ ਨੇ, ਅਤੇ ਸਿਆਸੀ ਲੋਕ ਨੇ, ਸਿਆਸਤ ਨਾਲ ਸੰਬੰਧਿਤ ਨੇ, ਭਾਵੇਂ ਉਹ ਹੁਣ ਬਾਦਲਾਂ ਦੇ ਗਲਬੇ ਦੀ ਗੱਲ ਕਰ ਲਓ ਕਿ ਬਾਦਲਾਂ ਦਾ ਗਲਬਾ ਆਪਾਂ ਜਾਣਦੇ ਹਾਂ ਕਿਵੇਂ SGPC ਦੇ ਉੱਤੇ ਜਿਹੜਾ ਉਹ ਕਾਬਜ਼ ਨੇ ਉਹ ਲੋਕ, ਅਤੇ ਕਿੱਦਾਂ ਉਹ ਆਪਣੀ ਸੋਚ ਅਧੀਨ ਕੰਮ ਕਰਵਾਉਂਦੇ ਨੇ, ਭਾਵੇਂ ਉਹ ਸਰਸਿਆਲ ਨੂੰ ਮਾਫੀ ਹੋਵੇ ਅਤੇ ਭਾਵੇਂ ਹੋਰ ਅਜਿਹੇ ਪੰਥਕ ਮਸਲੇ ਹੋਣ ਜਿਹੜੇ ਨਹੀਂ ਸੀ ਕਾਰਜ ਹੋਣੇ ਚਾਹੀਦੇ, ਅਤੇ ਪਰ ਉਹ ਹੋਏ ਕਿਉਂਕਿ ਇਹ ਜਹੇਦਾਰ ਜਿਹੜੇ ਬੈਠੇ ਸੀ ਕੁਰਸੀਆਂ 'ਤੇ, ਗੁਰਭਜਨ ਸਿੰਘ ਵਰਗੇ ਜਾਂ ਹੋਰ ਜਿਨ੍ਹਾਂ ਨੇ ਇਤਿਹਾਸ ਨੂੰ ਕਾਲੇ ਅੱਖਰਾਂ 'ਚ ਲਿਖ ਲਿਆ, ਉਹ ਲੋਕ ਅਕਾਲੀ ਫੂਲਾ ਸਿੰਘ ਦੀ ਵਿਚਾਰਧਾਰਾ ਦੇ ਅਧੀਨ ਨਹੀਂ ਸੀ ਚੱਲਣ ਵਾਲੇ, ਉਹ ਸੋਚ ਲੈ ਕੇ ਨਹੀਂ ਸੀ ਚੱਲਣ ਵਾਲੇ ਆ। ਅੱਛਾ ਭਾਈ ਸਾਹਿਬ, ਆਖਰੀ ਸਵਾਲ, ਕਿੱਦਾਂ ਇਹ ਚੀਜ਼ਾਂ ਨੂੰ ਸੁਧਾਰ ਦੇ ਵਿੱਚ ਲਿਆ ਕੇ ਆ ਸਕਦੇ ਹਾਂ ਜਾਂ ਕਿੱਦਾਂ ਇਹ ਚੀਜ਼ਾਂ ਸਹੀ ਹੋ ਸਕਦੀਆਂ? ਦੇਖੋ, ਜਿਹੜੀ ਗੱਲ ਸੀ ਜੇ ਤਖਤ ਸਾਹਿਬ ਦੀ ਕਰਦੇ ਹੋ, ਸਾਡੇ ਤਖਤ ਸਾਹਿਬਾਨ ਜਹੇਦਾਰ ਦੀ ਕਰਦੇ ਹੋ, ਇਹ ਬੜੀ ਸਿੱਧੀ ਅਤੇ ਸਪਸ਼ਟ ਗੱਲ ਆ ਵੀ ਜਿਹੜੇ ਵੀ ਤਖਤ ਸਾਹਿਬਾਨ 'ਤੇ ਬਿਰਾਜਮਾਨ ਨੇ ਜਾਂ ਬਿਰਾਜਮਾਨ ਹੋਣਗੇ, ਉਹ ਸਿਰਫ ਪੰਥ ਨੂੰ ਸਮਰਪਿਤ ਹੋਣ, ਕਿਸੇ ਬੰਦੇ ਨੂੰ ਸਮਰਪਿਤ ਨਾ ਹੋਣ, ਅਤੇ ਉਹ ਅਪੀਲਾਂ ਨਾ ਕਰ। ਅਪੀਲਾਂ ਨਹੀਂ ਸੀ ਹੁੰਦੀਆਂ ਤਖਤ ਸਾਹਿਬਾਨਾਂ ਤੋਂ ਤਾਂ ਹੁਕਮ ਹੁੰਦੇ ਸੀ, ਅਤੇ ਉਹ ਹੁਕਮ ਮੰਨੇ ਜਾਂਦੇ ਸੀ। ਮਹਾਰਾਜ ਰਣਜੀਤ ਸਿੰਘ ਦੀ ਵਾਰ ਵਾਰ ਇਗਜ਼ਾਮਪਲ ਦਿੰਦੇ ਹਾਂ, ਹੋਰ ਵੀ ਬਹੁਤ ਇਗਜ਼ਾਮਪਲਾਂ ਨੇ ਆਪਣੇ ਕੋਲ, ਜੇ ਆਪਾਂ ਇਤਿਹਾਸ ਨੂੰ ਪੜ੍ਹੀਏ ਤਾਂ ਬਹੁਤ ਇਗਜ਼ਾਮਪਲਾਂ ਨੇ ਆਪਣੇ ਕੋਲ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਨੇ। ਅਤੇ ਇਸ ਕਰਕੇ ਜੇ ਤਖਤ ਸਾਹਿਬਾਨਾਂ ਦੇ ਜਹੇਦਾਰ ਸਾਹਿਬ ਤੁਸੀਂ ਬਣੇ ਹੋ ਅਤੇ ਜੇ ਉਸ ਅਹੁਦੇ 'ਤੇ ਬੈਠੇ ਹੋ, ਭਾਵੇਂ ਤੁਹਾਨੂੰ ਕਿਸੇ ਨੇ ਬਿਠਾਇਆ, ਪਰ ਜੇ ਤੁਸੀਂ ਅਹੁਦੇ 'ਤੇ ਬੈਠ ਜਾਂਦੇ ਹੋ, ਉਸ ਵਿੱਚ ਤੁਸੀਂ ਨਿਰਲੇਪ ਹੋ ਜਾਓ, ਉਸੇ ਪੰਥ ਦੇ ਗ੍ਰੰਥ ਨੂੰ ਸਮਰਪਿਤ ਹੋ ਜਾਓ। ਸੋ ਬਿਲਕੁਲ, ਕਿਤੇ ਨਾ ਕਿਤੇ ਇਹ ਬਿਆਨਾਂ ਕਰਕੇ ਵਿਵਾਦ ਜ਼ਰੂਰ ਛਿੜਿਆ ਹੋਇਆ, ਚਾਹੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾਂ ਦੀ ਗੱਲ ਕਰਾਂ ਜਾਂ ਹੋਰ ਸਿਆਸੀ ਪਾਰਟੀਆਂ ਦੀ ਗੱਲ ਕਰਾਂ, ਤਾਂ ਜ਼ਰੂਰ ਉਹਨਾਂ ਵੱਲੋਂ ਇਹ ਟਿੱਪਣੀਆਂ ਜਿਹੜੀਆਂ ਆ ਰਹੀਆਂ ਹੈਗੀਆਂ ਕਿ ਜੋ ਵੀ ਇਹ ਟਿੱਪਣੀ ਕੀਤੀ ਗਈ ਹੈ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਲੈ ਕੇ, ਇਹ ਸਰਾਸਰ ਗਲਤ ਹੈਗੀ ਹੈ, ਨਿੰਦਣਯੋਗ ਆ। ਪਰ ਹੁਣ ਦੇਖਦੇ ਹਾਂ ਕਿ ਇਸ ਦੇ ਉੱਪਰ ਕੀ ਕਾਰਵਾਈ ਹੁੰਦੀ ਹੈ, ਜਾਂ ਲਾਲਪੁਰਾ ਇਸ ਦੇ ਉੱਪਰ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਮਾਫੀ ਮੰਗਦੇ ਨੇ ਜਾਂ ਆਪਣੇ ਬਿਆਨਾਂ ਤੋਂ ਮੁਨਕਰ ਹੁੰਦੇ ਨੇ। ਮੈਨੂੰ ਦਿਓ ਇਜਾਜ਼ਤ, ਔਨ ਏਅਰ ਦੇ ਲਈ ਕੈਮਰਾਮੈਨ ਆਜ਼ਾਦ ਦੇ ਨਾਲ ਸਿਮਰਦੀਪ ਸਿੰਘ, ਅੰਮ੍ਰਿਤਸਰ।